ਸਤਿ ਸ਼੍ਰੀ ਅਕਾਲ ਜੀ, ਜੀ। ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਵੈਲਕਮ ਬੈਕ ਹੋ ਗਿਆ ਸਾਡੇ YouTube ਚੈਨਲ ਤੇ। ਤੇ ਸਾਰਿਆਂ ਦਾ ਵੈਲਕਮ ਹੋ ਗਿਆ ਸਾਡੇ YouTube ਚੈਨਲ ਤੇ। ਜਿੱਦਾਂ ਕਿ ਅਸੀਂ ਤੁਹਾਡੇ ਵਾਸਤੇ ਅੱਜ ਬਹੁਤ ਘੈਂਟ ਤੇ ਬਹੁਤ ਟੌਪ ਦਾ ਬਲੌਗ ਲੈ ਕੇ ਆਏ ਹਾਂ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਨਵਾਂ ਸਾਲ ਤੇ ਪਰਮਾਤਮਾ ਸਾਰਿਆਂ ਲਈ ਨਵਾਂ ਸਾਲ ਸੋਹਣਾ ਲੈ ਕੇ ਆਵੇ ਤੇ ਤਰੱਕੀਆਂ ਦੇਵੇ, ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਸਾਰਿਆਂ ਨੂੰ ਨਵੇਂ ਸਾਲ ਦੀ ਸਾਡੇ ਦੋਨਾਂ ਦੇ ਤਰਫੋਂ, ਸਾਡੀ ਫੈਮਿਲੀ ਦੇ ਤਰਫੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰੇ। ਅਸੀਂ ਨਵਾਂ ਸਾਲ ਦੀ ਸ਼ੁਰੂਆਤ ਕਰਾਂਗੇ ਗੁਰੂ ਘਰ ਤੋਂ ਤੇ ਅਸੀਂ ਹੁਣ ਰੈਡੀ ਸ਼ੈਡੀ ਹੋ ਗਏ ਹਾਂ ਤੇ ਅੱਜ ਗੁਰੂ ਘਰ 12 ਵਜੇ ਤੱਕ ਪ੍ਰੋਗਰਾਮ ਹੈ ਤੇ ਅਸੀਂ ਜਾ ਰਹੇ ਹਾਂ ਗੁਰੂ ਘਰ। ਅੱਜ ਅਸੀਂ ਬਣੇ ਹਾਂ ਬਲਿਊ ਬਲਿਊ ਤੇ ਚਲੋ ਜੀ ਫੁੱਲ ਆਊਟਫਿਟ ਤੁਹਾਨੂੰ ਦਿਖਾਉਂਦੇ ਹਾਂ। ਤਾਂ ਜਿੱਦਾਂ ਕਿ ਤੁਸੀਂ ਦੇਖਿਆ ਅਸੀਂ ਬਣੇ ਹਾਂ ਬਲੂ ਬਲੂ, ਅੱਜ ਅਸੀਂ ਜਾ ਰਹੇ ਹਾਂ ਗੁਰੂ ਘਰ ਤੇ ਗੁਰੂ ਘਰ ਹੈਗਾ ਆ ਪੂਰੇ ਅੱਜ 12 ਵਜੇ ਤੱਕ ਤੇ ਅੱਜ ਪੂਰਾ ਪ੍ਰੋਗਰਾਮ ਹੋਣਾ ਹੈ ਗੁਰੂ ਘਰ ਦੇ ਵਿੱਚ। ਤਾਂ ਅਸੀਂ ਸੋਚਿਆ ਕਿ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਿਉਂ ਨਾ ਅਸੀਂ ਰੱਬ ਦੇ ਘਰੋਂ ਕਰੀਏ, ਜਾਈਏ ਮੱਥਾ ਟੇਕੀਏ ਤੇ ਸਾਰਿਆਂ ਲਈ ਅਰਦਾਸ ਕਰੀਏ ਤੇ ਸਾਰਿਆਂ ਲਈ ਖੁਸ਼ੀਆਂ ਦਾ ਨਵਾਂ ਸਾਲ ਆਵੇ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਹਾਂਜੀ ਜੀ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਲਜੀਤ ਵੀ ਬਲੂ ਬਲੂ ਬਣੀ ਹੈ ਤੇ ਮੈਂ ਵੀ ਬਲੂ ਬਲੂ ਬਣਿਆ ਪਿਆ। ਤਾਂ ਕਿੱਦਾਂ ਦਾ ਲੱਗਦਾ ਮਿੱਤਰੋ? ਆਪਾਂ ਦੋਨਾਂ ਨੇ ਮੈਚਿੰਗ ਕੀਤੀ ਹੈ, ਦੇਖੋ ਜੀ। ਨਾਲ ਮੇਰਾ ਬਲੂ ਪਰਸ ਤੇ ਬਲੂ ਜੈਕਟ ਪਾਉਂਗੀ ਤੇ ਇੱਧਰ ਇਹਨਾਂ ਨੇ ਵੀ ਬਲੂ ਜੈਕਟ ਪਾਈ ਹੈ ਤੇ ਅਸੀਂ ਹੁਣ ਰੈਡੀ ਹੋ ਗਏ ਹਾਂ ਤੇ ਹੁਣ ਆਪਾਂ ਚੱਲੇ ਹਾਂ ਗੁਰੂ ਘਰ। ਅਸੀਂ ਪਹੁੰਚ ਗਏ ਹਾਂ ਰੇਲਵੇ ਸਟੇਸ਼ਨ ਤੇ ਪਿੱਛੇ ਪਟਾਕਿਆਂ ਦੀ ਆਵਾਜ਼ ਆ ਰਹੀ ਹੈ, ਜਨਤਾ ਲੱਗਦੀ ਹੈ ਪਟਾਕੇ ਵਜਾਉਣ, ਠਾ ਠਾ ਹੋ ਰਹੀ ਹੈ ਜਗ੍ਹਾ। 8 ਵਜੇ ਤੋਂ ਹੀ ਸ਼ੁਰੂ ਹੋ ਗਏ ਆ ਲੋਕੀ। ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਪਿੱਛੇ ਰੌਣਕਾਂ ਹੀ ਰੌਣਕਾਂ ਆਈਆਂ ਵੀ ਆ ਮਿੱਤਰੋ, ਤੇ ਦਲਜੀਤ ਨੂੰ ਤੁਸੀਂ ਦੇਖੋ। ਅਸੀਂ ਵੀ ਪਹੁੰਚ ਗਏ ਟ੍ਰੇਨ ਸਟੇਸ਼ਨ ਤੇ ਹੁਣ ਬਸ ਟ੍ਰੇਨ ਦਾ ਵੇਟ ਕਰ ਰਹੇ ਆ, ਟ੍ਰੇਨ ਆਵੇ ਤੇ ਫਿਰ ਅਸੀਂ ਫੁਰ ਹੋ ਜਾਣਾ। ਹਾਂਜੀ ਫੁਰ, ਇਦਾਂ ਨਹੀਂ ਹੋਣਾ ਅਸਤਵਾਦੀ ਵਾਂਗੂ ਉੱਤੇ ਚੜ੍ਹ ਜਾਣਾ, ਕਹਿਣ ਦਾ ਮਤਲਬ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਪਹੁੰਚ ਜਾਣਾ। ਹਾਂਜੀ ਅਸੀਂ ਲੈ ਲਈ ਟ੍ਰੇਨ ਸਾਡੀ ਆ ਗਈ ਹੈ ਤੇ ਅਸੀਂ ਪਹੁੰਚ ਜਾਣਾ ਗੁਰੂ ਘਰ। ਜਿੱਦਾਂ ਕਿ ਮਿੱਤਰੋ ਤੁਸੀਂ ਦੇਖ ਸਕਦੇ ਹੋ ਅੱਜ ਟ੍ਰੇਨਾਂ ਬਹੁਤ ਜ਼ਿਆਦਾ ਭਰੀਆਂ ਪਈਆਂ ਅਤੇ ਸਾਰੀ ਪਬਲਿਕ ਨੇ ਆਪਣੇ ਪਟਾਕੇ ਪਟੂਕੇ ਨਾਲ ਲੈਣੇ ਆ ਅਤੇ ਉੱਥੇ ਇੱਕ ਜਗ੍ਹਾ ਹੁੰਦੀ ਹੈ ਇੱਥੇ ਨਾ ਜਿੱਥੇ ਚਲਾਉਂਦੇ ਆ, ਉੱਥੇ ਜਾ ਕੇ ਇਹਨਾਂ ਨੇ ਪਾਰਟੀ ਕਰਨੀ ਤਾਂ ਪਟਾਕੇ ਚਲਾਉਣੇ ਆ। ਤੁਸੀਂ ਦੇਖ ਸਕਦੇ ਹੋ ਵੀ ਉਹ ਗੋਰੇ ਲੋਕ ਪੂਰਾ ਇੰਜੋਏ ਕਰਦੇ ਆ। ਅਸੀਂ ਵੀ ਕਰਦੇ ਹਾਂ, ਸਿਰਫ ਗੋਰੇ ਥੋੜ੍ਹੀ ਕਰਦੇ ਹਾਂ, ਅਸੀਂ ਵੀ ਇੰਜੋਏ ਕਰਦੇ ਹਾਂ। ਹਾਂਜੀ ਅਸੀਂ ਸਭ ਤੋਂ ਵੱਡੀ ਗੱਲ ਗੁਰੂ ਘਰ ਜਾ ਰਹੇ ਹਾਂ, ਅਸੀਂ ਰੱਬ ਦਾ ਨਾਮ ਲਵਾਂਗੇ, ਸਾਰਿਆਂ ਲਈ ਅਰਦਾਸ ਕਰਾਂਗੇ ਤੇ ਫਿਰ ਆਪਣੀ ਸ਼ੁਰੂਆਤ ਉੱਥੋਂ ਕਰਾਂਗੇ। ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਆਊਟ ਬੰਨ ਆਫ ਤੇ, ਤੁਸੀਂ ਦੇਖ ਸਕਦੇ ਬੰਨ ਆਫ ਸਟੇਸ਼ਨ ਤੇ ਤੁਸੀਂ ਰੌਣਕਾਂ ਚੈੱਕ ਕਰ ਸਕਦੇ ਹੋ, ਰੌਣਕਾਂ ਬਹੁਤ ਜ਼ਿਆਦਾ ਹੈ ਅੱਜ ਤੇ ਬਹੁਤ ਅੱਜ ਰੌਣਕ ਮੇਲਾ ਵੱਜਿਆ ਪਿਆ ਇੱਥੇ, ਰੌਣਕ ਲੱਗੀ ਹੈ। ਪਿੱਛੇ ਤਾਂ ਇੰਨੀ ਰਸ਼ ਸੀ ਤੇ ਪੁਲਿਸ ਵੀ ਬਹੁਤ ਜ਼ਿਆਦਾ ਖੜੀ ਸੀ ਪਿੱਛੇ ਤੇ ਬਹੁਤ ਲੋਕੀ ਘੁੰਮ ਰਹੇ ਆ, ਜੇਬ ਕਤਰੇ ਵੀ ਘੁੰਮਦੇ ਆ ਤੁਸੀਂ, ਮਗਰ ਦੇਖ ਸਕਦੇ ਹੋ ਲੱਗਦਾ ਸਾਡੀ ਜੇਬ ਕਤਲ ਲੱਗਾ ਆ, ਨਹੀਂ ਨਿਕਲ ਗਿਆ ਨਿਕਲ ਗਿਆ ਉਦੋਂ ਤਾਂ। ਅਤੇ ਅਸੀਂ ਹੁਣ ਬਿਲਕੁਲ ਗੁਰੂ ਘਰ ਦੇ ਨਜ਼ਦੀਕ ਪਹੁੰਚ ਗਏ ਹਾਂ ਵੀਰੇ। ਉਹ ਤੇ ਚਲੋ ਜੀ ਗੁਰੂ ਘਰ ਪਹੁੰਚਦੇ ਆ, ਨਾਲੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ। ਹਾਂਜੀ ਅਸੀਂ ਪਹੁੰਚ ਗਏ ਹਾਂ ਗੁਰੂ ਘਰ ਤੇ ਸੀੜੀਆਂ ਚੜ੍ਹ ਰਹੇ ਹਾਂ ਤੇ ਹੁਣ ਬਸ ਜੋੜੇ ਉਤਾਰੀਆਂ ਤੇ ਜਾਂਦੇ ਹਾਂ ਮੱਥਾ ਟੇਕਦੇ ਹਾਂ। ਹਾਂਜੀ ਇੱਧਰ ਦੇਖੋ ਜੀ ਜੋੜੇ ਉਤਾਰ ਰਹੇ ਆ, ਦੇਖੋ ਜੋੜੇ ਉਤਾਰ, ਸਤਿ ਸ਼੍ਰੀ ਅਕਾਲ ਜੀ। ਅਤੇ ਇੱਧਰ ਹੁਕਮਨਾਮਾ ਸਰਵਣ ਕਰੋ, ਅੱਜ ਦਾ ਹੁਕਮਨਾਮਾ। ਹਾਂਜੀ ਅਸੀਂ ਪਹੁੰਚ ਗਏ ਹਾਂ ਗੁਰੂ ਘਰ ਅਤੇ
ਦਿੱਤਾ ਕਿ ਤੁਸੀਂ ਹੁਕਮਨਾਮਾ ਸ਼੍ਰਵਣ ਕੀਤਾ ਅਤੇ ਇੱਧਰ ਦੇਖੋ ਜੀ, ਇੱਧਰ ਆ ਬਣ ਰਹੇ ਰੁਮਾਲ ਅਤੇ ਹੁਣ ਬਸ ਅਸੀਂ ਜਾ ਰਹੇ ਅੰਦਰ ਮੱਥਾ ਟੇਕਣ ਲਈ ਅਤੇ ਦਲਜੀਤ ਤੋਂ ਪਿੱਛੇ, ਦਲਜੀਤ ਦੀ ਕੁੰਨੀ ਲੈ ਲਓ ਇੱਥੇ, ਬਾਬੇ ਜੀ ਨੇ ਬੋਲ ਪੈਣਾ। ਹਾਂਜੀ, ਅਤੇ ਪਰਮਾਤਮਾ ਚਲੋ ਸਾਰਿਆਂ ਨੂੰ ਖੁਸ਼ ਰੱਖੇ। ਤਾਂ ਚਲੋ ਜੀ ਅਸੀਂ ਹੁਕਮਨਾਮਾ ਪੜ੍ਹੀਏ, ਸਾਰੇ ਤੁਸੀਂ ਵੀ ਨਾਲ ਪੜ੍ਹੋ ਅਤੇ ਪਰਮਾਤਮਾ ਦਾ ਨਾਮ ਲਵੋ ਅੱਜ, ਕਿ ਸਾਰੇ ਲਈ ਨਵਾਂ ਸਾਲ ਖੁਸ਼ੀ ਦਾ ਹੋਵੇ। ਜਿੱਦਾਂ ਕਿ ਅਸੀਂ ਗੁਰੂ ਘਰ ਹੁਣ ਲੰਗਰ ਖਾਣ ਲੱਗੇ ਆ, ਅਤੇ ਆਹ ਮੇਰੇ ਮਾਮੇ ਦਾ ਮੁੰਡਾ ਮਿਲ ਗਿਆ ਮਿੱਤਰੋ, ਆਹ ਤੁਸੀਂ ਦੇਖ ਸਕਦੇ ਹੋ, ਇਹ ਸਦਾ ਦਾ ਗੁਆਚਿਆ ਪਿਆ ਸੀ, ਅੱਜ ਲੱਭ ਗਿਆ। ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਫਿਰ ਮਿਲ ਕੇ? ਬਹੁਤ ਵਧੀਆ, ਅਤੇ ਇਹ ਹੈਗਾ ਮੇਰੇ ਮਾਮਿਆਂ ਜੀ ਦਾ ਮੁੰਡਾ ਅਤੇ ਆਪਣਾ ਖਾਸ ਰਿਸ਼ਤੇਦਾਰ ਆ ਵੀਰੇ, ਉਹ ਖਾਸ। ਹਾਂਜੀ, ਅਤੇ ਚਲੋ ਜੀ ਹੁਣ ਲੰਗਰ ਪ੍ਰਸ਼ਾਦ ਦਾ ਛੱਕ ਲਈਏ ਅਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅਤੇ ਇੱਧਰ ਆ ਮੈਡਮ ਜੀ ਨੂੰ ਦੇਖੋ ਤੁਸੀਂ, ਇਹ ਕਿੱਥੇ ਜਾਂਦੀ ਆ ਹੱਥ ਜੋੜਨ ਲੱਗ ਜਾਂਦੀ ਆ, ਮੈਂ ਕਿਹਾ ਲੰਗਰ ਚੱਕੋ ਸਾਡੇ ਨਾਲ। ਅੱਛਾ, ਉਹ ਕਿਤਾਬ ਨੂੰ ਫੋਨ ਤੋਂ ਬਾਹਰ ਹੈ ਨਹੀਂ, ਵੈਸੇ ਤਾਂ ਕਿਤਾਬ ਵੀਰਿਓ ਇਹਨੇ ਥਾਲੀ ਦੇਖੋ ਕਿੱਦਾਂ ਭਰ ਲਈ ਆ ਵੀਰਿਓ, ਲੰਗਰ ਛਕੋ ਸਾਡੇ ਨਾਲ ਤੁਸੀਂ ਵੀ, ਸਾਡਾ ਵੀ ਦਿਲ ਕਰਦਾ ਹੋਣਾ ਲੰਗਰ ਛਕਣ ਨੂੰ। ਹਾਂਜੀ ਵੀਰਿਓ, ਲੰਗਰ ਬਹੁਤ ਜ਼ਿਆਦਾ ਖਾ ਲਿਆ ਵੀਰਿਓ, ਅਤੇ ਹੁਣ ਥੋੜ੍ਹਾ ਜਿਹਾ ਦੁੱਧ ਵੀ ਪੀਤਾ ਜਾਵੇ। ਮੈਂ ਕਿਹਾ ਆਏ ਆ ਗੁਰੂ ਘਰ, ਸਾਰੇ ਹੁਣ ਦੁੱਧ ਪੀ ਲੱਗੇ, ਮੈਂ ਕਿਹਾ ਹੁਣ ਗੁਰੂ ਘਰ ਆਇਆ ਫਾਇਦਾ ਲੈ ਲਈਏ ਅਤੇ ਆਪਣੇ ਦੁੱਧ ਦੁੱਧ ਪੀਏ, ਸਿਹਤ ਬਣਾਈਏ। ਸਿਹਤ ਤਾਂ ਅੱਗੇ ਹੀ ਬਣੀ ਪਈ ਹੈ, ਥੋੜ੍ਹੀ ਜਿਹੀ ਹੋਰ ਬਣ ਜੂਗੀ ਫਿਰ ਕੀ ਗੱਲ। ਤੁਸੀਂ ਵੀ ਸਿਹਤ ਬਣਾਉਣਾ ਚਾਹੁੰਦੇ ਹੋ? ਬਹੁਤ ਨਜ਼ਾਰੇ ਆ ਵੀਰੋ ਅੱਜ ਗੁਰੂ ਘਰ, ਜਿਹੜਾ ਕੋਈ ਆਉਣਾ ਚਾਹੁੰਦਾ ਜਾ ਜਾਓ, ਨਜ਼ਾਰੇ ਬਹੁਤ ਹੈ। ਹਾਂਜੀ, ਲੰਗਰ ਅਸੀਂ ਖਾ ਲਿਆ ਤੇ ਹੁਣ ਇੰਨਾ ਖਾ ਲਿਆ ਕਿ ਹੁਣ ਸਾਹ ਨਹੀਂ ਆ ਰਿਹਾ ਇਹਨਾਂ ਨੂੰ। ਹੈਪੀ ਨਿਊ ਈਅਰ ਸਾਰੀ ਯੂਟਿਊਬ ਦੀ ਫੈਮਿਲੀ ਨੂੰ, ਹੈਪੀ ਨਿਊ ਈਅਰ, ਬਹੁਤ ਬਹੁਤ ਵਧਾਈਆਂ ਸਾਡੇ ਦੋਨਾਂ ਦੇ ਤਰਫੋਂ। ਦੇਖੋ ਜੀ ਕਿਆ ਨਜ਼ਾਰਾ ਹੈ, ਕਿਆ ਜ਼ਬਰਦਸਤ, ਤਾਂ ਤੁਸੀਂ ਦੇਖ ਸਕਦੇ ਹੋ ਹੰਬਾਰਕ ਦੇ ਵਿੱਚ ਕਿੰਨੇ ਨਜ਼ਾਰੇ ਆ, ਬੱਲੇ ਬੱਲੇ ਸ਼ਾਵਾ ਸ਼ਾਵਾ ਚੱਕ ਦੋ ਪੱਟੇ ਮਿੱਤਰੋ, ਅਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਮੇਰੇ ਭੈਣ ਭਰਾਵਾਂ ਨੂੰ, ਜਿੰਨੇ ਵੀ ਸਾਡੇ ਨਾਲ ਯੂਟਿਊਬ ਦੇ ਵਿੱਚ ਅਟੈਚ ਨੇ, ਜਿਹੜੇ ਨਹੀਂ ਵੀ ਅਟੈਚ ਉਹਨਾਂ ਨੂੰ ਵੀ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ, ਅਤੇ ਚੱਕ ਦੋ ਮਿੱਤਰੋ ਫੱਟੇ, ਤੁਸੀਂ ਦੇਖ ਸਕਦੇ ਹੋਏ ਹੋਏ। ਰੌਣਕ ਦੇਖੋ, ਰੌਣਕ ਚੈੱਕ ਕਰੋ, ਪ੍ਰੀਤ ਕਿੰਨੀ ਰੌਣਕ।
ਮੈਂ ਕਿਹਾ ਬੱਲੇ ਬੱਲੇ ਹੋ ਗਈ ਆ, ਕੋਈ ਹਿਸਾਬ ਹੀ ਨਹੀਂ ਹੋਇਆ। ਤੁਸੀਂ ਪਟਾਕਿਆਂ ਦੇ ਨਜ਼ਾਰੇ ਚੈੱਕ ਕਰੋ, ਨਵਾਂ ਸਾਲ ਤਾਂ ਗੋਰੇ ਮਨਾਉਂਦੇ ਆ ਦੇਖੋ। ਗੋਰੇ ਕਿੱਦਾਂ ਮਨਾਉਂਦੇ ਆ ਨਵਾਂ ਸਾਲ? ਅਸੀਂ ਵੀ ਮਨਾਉਂਦੇ ਆ ਗੋਰਿਆਂ ਦੇ ਵਿੱਚ। ਚੱਕ ਦੋ ਫੱਟੇ ਮਿੱਤਰੋ, ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਮੇਰੇ ਭੈਣ ਭਰਾ ਲੱਖ ਲੱਖ ਜੀਣ ਤੇ ਲੱਖ ਲੱਖ ਖੁਸ਼ੀਆਂ ਮਾਰਨ ਮੇਰੇ ਭੈਣ ਭਰਾ। ਤੇ ਚਲੋ ਜੀ ਮਿੱਤਰੋ, ਹੁਣ ਤੁਸੀਂ ਦੇਖ ਲਿਆ ਨਵਾਂ ਸਾਲ, ਤੇ ਅਸੀਂ ਹੁਣ ਚੱਲੇ ਆ ਘਰ ਨੂੰ, ਤੇ ਆਪਾਂ ਹੁਣ ਜਾ ਕੇ ਤੁਹਾਨੂੰ ਮਿਲਦੇ ਆ ਘਰ। ਤੇ ਦਲਜੀਤ ਤੂੰ ਵੀ ਨੱਚ ਲੈ, ਕੀ ਗੱਲ ਹੋਏ ਕੁੜੀਆਂ ਸ਼ਹਿਰ ਦੀਆਂ, ਹੋਏ ਕੁੜੀਆਂ ਸ਼ਹਿਰ ਦੀ। ਹਾਂਜੀ ਅਸੀਂ ਆ ਗਏ ਆ ਹੁਣ ਘਰੇ, ਤੇ ਗੁਰੂ ਘਰ ਗਏ ਜਿੱਦਾਂ ਕਿ ਤੁਸੀਂ ਦੇਖਿਆ ਵੀਡੀਓ, ਮੱਥਾ ਟੇਕਿਆ। ਤੇ ਅੱਜ ਮੈਂ ਕੀਰਤਨ ਵੀ ਕੀਤਾ ਗੁਰੂ ਘਰ, ਤੇ ਉਹ ਭਰਿਆ ਨਹੀਂ ਕਿਉਂਕਿ ਪ੍ਰੀਤ ਉਹਨੇ ਥੱਲੇ ਸੀ, ਤਾਂ ਮੈਂ ਕੀਰਤਨ ਕੀਤਾ, ਕੋਈ ਸੀ ਨਹੀਂ ਵੀਡੀਓ ਬਣਾਉਣ ਵਾਲਾ। ਤੇ ਬਹੁਤ ਆਨੰਦ ਆਇਆ, ਬਹੁਤ ਵਧੀਆ ਲੱਗਾ, ਲੰਗਰ ਖਾਧਾ, ਪ੍ਰਸ਼ਾਦਾ ਛਕਿਆ, ਤੇ ਹੁਣ ਆਪਾਂ ਆ ਗਏ ਆ ਘਰ। ਆ ਗਏ ਅਸੀਂ ਘਰੇ, ਤਾਂ ਹੁਣ ਆਪਾਂ ਦੇਖਾਂਗੇ ਟੀਵੀ ਵਗੈਰਾ, ਤਾਂ ਫਿਰ ਟੀਵੀ ਟੂਵੀ ਦੇਖ ਕੇ ਤੁਹਾਡੇ ਨਾਲ ਹੋਰ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਕਰਾਂਗੇ, ਪਿਆਰ ਮੁਹੱਬਤ ਦੀਆਂ। ਅਤੇ ਬਹੁਤ ਅੱਜ ਇੰਜੋਏ ਕੀਤਾ, ਅਤੇ ਜਿਹੜਾ ਗੁਰੂ ਘਰ ਅਸੀਂ ਗਏ ਸਾਨੂੰ ਬਹੁਤ ਚੰਗਾ ਲੱਗਾ ਜੀ। ਸਾਰੇ ਫੈਮਿਲੀ ਦੇ ਲਈ ਦੁਆਵਾਂ ਕੀਤੀਆਂ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ, ਸਾਰੇ ਖੁਸ਼ ਰਹਿਣ। ਤਾਂ ਅੱਜ ਸਾਡਾ ਬਹੁਤ ਵਧੀਆ ਨਵਾਂ ਸਾਲ ਚੜਿਆ ਆ, ਅਤੇ ਚਲੋ ਜੀ ਹੁਣ ਅੱਗੇ ਤੋਂ ਅੱਗੇ ਸਾਡਾ ਨਵਾਂ ਸਾਲ ਵਧੀਆ ਰਹੇ। ਹਾਂਜੀ ਹਾਂਜੀ, ਅਤੇ ਚਲੋ ਜੀ ਹੁਣ ਫਿਰ ਆਪਾਂ ਥੋੜ੍ਹਾ ਜਿਹਾ ਰੈਸਟ ਕਰਕੇ ਫਿਰ ਦੁਬਾਰਾ ਤੁਹਾਨੂੰ ਮਿਲਦੇ ਹਾਂ। ਅਸੀਂ ਦੇਖੀਏ ਇੱਕ ਮੂਵੀ, ਮੂਵੀ ਦੇਖਣ ਤੋਂ ਬਾਅਦ ਸਾਨੂੰ ਲੱਗ ਗਈ ਹੈ ਹੁਣ ਫਿਰ ਭੁੱਖ, ਕੁਝ ਖਾਣ ਨੂੰ ਦਿਲ ਕਰ ਰਿਹਾ ਹੈ। ਤੇ ਹਮਨੇ ਸੋਚਾ ਹੈ ਦਲਜੀਤ ਦੇ ਰਾਸਤੇ ਮੈਂ ਦੇਖ ਲਿਆ ਤਾਂ ਕੁਛ ਨਾਰੀਅਲ, ਤਾਂ ਕਹਿੰਦੀ ਨਾਰੀਅਲ ਲੈ ਚੱਲਦੇ ਹਾਂ, ਤੇ ਅਸੀਂ ਲਿਆਏ ਨਾਰੀਅਲ। ਤਾਂ ਮੈਂ ਤੁਹਾਨੂੰ ਦਿਖਾਉਂਦਾ ਨਾਰੀਅਲ ਜਿਹੜੇ ਲੈ ਕੇ ਆਏ ਆ। ਆਹ ਦੇਖੋ ਜੀ ਅਸੀਂ ਲੈ ਕੇ ਆਏ ਹਾਂ ਦੋ ਨਾਰੀਅਲ, ਇੱਕ ਦਲਜੀਤ ਦਾ ਤੇ ਇੱਕ ਮੇਰਾ। ਆਪਾਂ ਇਹਦੇ ਵਿੱਚੋਂ ਕੱਢ ਕੇ ਹੁਣ ਪੀਵਾਂਗੇ ਮਿੱਤਰੋ ਪਾਣੀ, ਨਾਰੀਅਲ ਵਾਲਾ ਪਾਣੀ ਪੀਵਾਂਗੇ। ਹਾਂਜੀ ਤੇ ਚਲੋ ਜੀ ਹੁਣ ਤੋੜਦੇ ਆ ਨਾਲੇ ਨਾਰੀਅਲ ਦਾ ਪਾਣੀ ਪੀਂਦੇ ਆ। ਹਾਂਜੀ ਠੀਕ ਹੈ ਜੀ, ਚਲੋ ਮੈਂ ਤੋੜਦਾ ਹੈ ਨਾ ਫਿਰ। ਹਾਂਜੀ ਕਿ ਤੁਸੀਂ ਤੋੜਦੇ ਹੋ? ਨਹੀਂ ਤੁਸੀਂ ਤੋੜੋ, ਮੈਨੂੰ ਨਹੀਂ, ਮੈਂ ਤੁਹਾਡਾ ਜ਼ੋਰ ਚੈੱਕ ਕਰਾਂ ਨਾ। ਮੈਨੂੰ ਨਹੀਂ ਆਂਦਾ ਲੈ, ਤੇ ਇਹ ਚ ਕਿਹੜਾ ਕੰਮਾਂ ਚ ਕੰਮ ਆ। ਚਲੋ ਸਹੀ ਹੈ ਮੈਂ ਤੋੜਦੀ। ਚਲੋ ਜੀ ਇਹ ਦੇਖਾਂਗੇ ਆਪਾਂ ਦਲਜੀਤ ਨਾਰੀਅਲ ਕਿੱਦਾਂ ਤੋੜਦੀ ਹੈ, ਤੋੜਨਾ ਵੀ ਆਉਂਦਾ ਕਿ ਨਹੀਂ ਆਉਂਦਾ। ਤੇ ਅਸੀਂ ਜਿੱਦਾਂ ਕਿ ਨਾਰੀਅਲ ਇੱਕ ਦੋ ਘੰਟੇ ਪਹਿਲਾਂ ਪਾਣੀ ਦੇ ਵਿੱਚ ਡੁਬਾ ਕੇ ਰੱਖ ਲਿੱਤੇ ਸੀ। ਹਾਂਜੀ ਤੇ ਉਹਦੇ ਨਾਲ ਨਾਰੀਅਲ ਦੀ ਆ ਜਿਹੜੀ ਛਿੱਲੜ ਜੀ ਹੁੰਦੀ ਹੈ ਨਾ, ਜਿਹੜੀ ਉੱਪਰ ਮਤਲਬ ਕਵਰ ਜਿਹਾ, ਇਹ ਬੜੇ ਆਸਾਨ ਨਾਲ ਉੱਤਰ ਜਾਂਦਾ ਤੇ ਗਰੀ ਪੂਰੀ ਬਾਹਰ ਆ ਜਾਂਦੀ। ਜੇ ਤੁਹਾਨੂੰ ਨਹੀਂ ਪਤਾ ਤੁਸੀਂ ਵੀ ਆਈ ਕੰਮ ਕਰਨਾ, ਜਿੱਦਾਂ ਨਾਰੀਅਲ ਤੁਸੀਂ ਉਹ ਕਰਨਾ ਹੋਵੇ ਤੋੜਨਾ ਹੋਵੇ ਤਾਂ ਤੁਸੀਂ ਇੱਕ ਦੋ ਘੰਟੇ ਪਹਿਲਾਂ ਭੇ ਕੇ ਰੱਖ ਦਿਓ ਪਾਣੀ ਦੇ ਵਿੱਚ ਨਾ। ਜੇ ਸਭ ਤੋਂ ਵਧੀਆ ਤਰੀਕਾ ਚਾਹੁੰਦੇ ਹੋ ਤਾਂ ਪੂਰੀ ਰਾਤ ਭੇ ਕੇ ਰੱਖ ਦਿਓ ਪਾਣੀ ਦੇ ਵਿੱਚ, ਤੇ ਸਵੇਰੇ ਤੋੜੋ, ਫਿਰ ਤਾਂ ਮੈਂ ਕਹਿੰਦਾ ਤੁਹਾਡਾ ਇੱਕਦਮ ਵਧੀਆ ਤੇ ਆਸਾਨੀ ਤਰੀਕੇ ਨਾਲ ਨਾਰੀਅਲ ਪੂਰਾ ਨਾਰੀਅਲ ਨਿਕਲਣਾ ਅੰਦਰੋਂ ਨਾ। ਹਾਂਜੀ ਤੇ ਅੱਜ ਦਲਜੀਤ ਨਾਰੀਅਲ ਤੋੜੇਗੀ ਤਾਂ ਮੈਨੂੰ ਖਵਾਏਗੀ, ਨਾਲੇ ਦੱਸੇਗੀ ਕਿ ਤੋੜ, ਨਾਲੇ ਦੇਖਦੇ ਆ ਤੋੜ ਸਕਦੀ ਹੈ ਕਿ ਨਹੀਂ ਤੋੜ ਸਕਦੀ। ਸਹੀ ਹੈ ਚਲੋ ਠੀਕ ਹੈ, ਇੱਦਾਂ ਦਾ ਕਿਹੜਾ ਕੰਮ ਹੈ ਜਿਹੜਾ ਮੈਂ ਕਰ ਨਹੀਂ ਸਕਦੀ। ਚਲੋ ਫਿਰ ਦੇਖਦੇ ਆ ਮਿੱਤਰੋ, ਆ ਜਾਓ। ਪਹਿਲਾਂ ਜੀ ਆਪਾਂ ਲੈ ਲੈਣੇ ਆ ਨਾਰੀਅਲ, ਤੇ ਉਸ ਤੋਂ ਬਾਅਦ ਤੁਸੀਂ ਘਬਰਾਉਣਾ ਨਹੀਂ ਹੈ, ਬਿਲਕੁਲ ਵੀ ਨਹੀਂ ਘਬਰਾਉਣਾ, ਕੋਈ ਗੱਲ ਨਹੀਂ, ਨਹੀਂ ਕੱਟੇ ਫਸਟ ਟਾਈਮ ਨਾਰੀਅਲ ਛਿੱਲ ਰਿਹਾ ਤਾਂ ਕੋਈ ਗੱਲ ਨਹੀਂ। ਤੇ ਜਿੱਦਾਂ ਕਿ ਹਰ ਵਾਰੀ ਨਾਰੀਅਲ ਮੈਂ ਹੀ ਛਿੱਲਦਾ, ਮੈਂ ਕਿਹਾ ਇਸ ਵਾਰੀ ਕਿਉਂ ਨਾ ਨਾਰੀਅਲ ਦਲਜੀਤ ਤੋਂ ਛਲਾਏ ਜਾਣ, ਤਾਂ ਤੁਸੀਂ ਚੈੱਕ ਕਰ ਸਕਦੇ ਹੋ। ਤੇ ਹੁਣ ਕੀ ਕਰਨਾ ਸਭ ਤੋਂ ਪਹਿਲਾਂ? ਸਭ ਤੋਂ ਪਹਿਲਾਂ ਆ ਨਾਰੀਅਲ ਨੂੰ ਆਪਾਂ ਲੈ ਲਿਆ ਨਾ। ਹਾਂਜੀ ਲੈ ਲਿਆ, ਠੀਕ ਹੈ ਜੀ। ਤੇ ਉਸ ਤੋਂ ਫਿਰ ਇੱਦਾਂ ਛੇਦ ਕਰਨਾ ਇਸਦੇ ਵਿੱਚ ਨਾ, ਇੱਦਾਂ ਆ ਜਿਹੜੇ ਤੁਸੀਂ ਦੇਖ ਰਹੇ ਹੋ ਨਾ, ਇਸ ਦੇ ਵਿੱਚ ਇੱਦਾਂ ਛੇਦ ਕਰਨਾ ਆਪਾਂ, ਕੱਢਣਾ ਪਾਣੀ ਸਭ ਤੋਂ ਪਹਿਲਾਂ ਨਾ। ਛੇਦ ਕਰੋ, ਤੁਹਾਡੀ ਮਿਹਰਬਾਨੀ, ਪਹਿਲਾਂ ਛੇਦ ਕਰੋ।
ਯਾਰ ਇਹ ਤਾਂ ਟਾਈਮ ਆ ਗਿਆ, ਆ ਦੇਖੋ ਇੱਦਾਂ ਕਰ ਲੈਣਾ ਆਪਾਂ ਛੇਦ। ਲੋ ਜੀ ਮੇਰੇ ਤੋਂ ਗੱਲ ਨਹੀਂ ਬਣੀ ਅਤੇ ਹੁਣ ਪ੍ਰੀਤ ਨੇ ਆਪ ਆ ਗਏ ਹੈ ਮੈਦਾਨ ਦੇ ਵਿੱਚ, ਕਹਿੰਦੇ ਤੇਰੇ ਵੱਸੋਂ ਬਾਹਰ ਹੈ ਤੂੰ ਇੱਧਰ ਹੋ ਜਾ ਅਤੇ ਮੈਨੂੰ ਦੇ ਕਿ ਮੈਂ ਕਰਾਂ। ਮੈਂ ਦੇਖ ਲਓ ਜੀ ਆਹ ਜਿੱਦਾਂ ਕਿ ਕੰਮ ਕਰ ਰਹੀ ਸੀ ਦਲਜੀਤ, ਆਹ ਕਰਦ ਨਾ ਯੂਜ਼ ਕਰ ਰਹੀ ਸੀ, ਕਰਦ ਭਲਾ ਕਿੱਦਾਂ ਜਾਊਗੀ ਅੱਗੇ ਮਤਲਬ ਅੰਦਰ ਤੱਕ। ਥੋੜ੍ਹਾ ਦਿਮਾਗ ਵੀ ਇਸਤੇਮਾਲ ਕਰਨਾ ਪੈਂਦਾ ਵੀਰੇ, ਥੋੜ੍ਹਾ ਦਿਮਾਗ, ਅਤੇ ਇਸ ਲਈ ਆਪਾਂ ਦਿਮਾਗ ਲਈ ਇਹ ਕੈਂਚੀ ਲਿੱਤੀ ਆ, ਕੈਂਚੀ ਨਾਲ ਆਪਾਂ ਕਰਾਂਗੇ ਇੱਦਾਂ ਦਾ ਕਰਕੇ। ਅਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਛੇਦ ਕਰ ਲਿੱਤਾ ਜੀ, ਅਸੀਂ ਹੁਣ ਹੀ ਲੱਗੇ ਹਾਂ ਪਾਣੀ ਕੱਢਣ। ਦਲਜੀਤ ਤਾਂ ਹਾਰ ਗਈ ਸੀ ਪਰ ਅਸੀਂ ਜਿੱਤ ਗਏ ਹਾਂ, ਤੁਸੀਂ ਦੇਖ ਸਕਦੇ ਹੋ ਵੀਰੇ, ਦੇਖੋ ਫਿਰ ਕਿੱਦਾਂ ਪਾਣੀ ਆ ਰਿਹਾ ਕਿ ਨਹੀਂ। ਫਿਰ ਦਲਜੀਤ ਕੈਸਾ ਮਹਿਸੂਸ ਹੋ ਰਿਹਾ ਹੁਣ? ਵਧੀਆ ਲੱਗ ਰਿਹਾ ਹਾਰ ਕੇ। ਉਹ ਤਾਂ ਮੈਨੂੰ ਪਤਾ ਜੀ ਤੁਸੀਂ ਹਾਰਨਾ, ਕਿਉਂਕਿ ਜਦੋਂ ਤੁਸੀਂ ਸਟਾਰਟਿੰਗ ਕੀਤੀ ਨਾ। ਮੈਂ ਯਾਰ ਕਦੀ ਛਿੱਲਿਆ ਹੀ ਨਹੀਂ ਹੈ ਨਾਰੀਅਲ, ਨਾ ਮੈਨੂੰ ਪਤਾ ਮੈਂ ਕਿੱਦਾਂ ਕਰ ਸਕਦੀ ਹਾਂ। ਹਾਂਜੀ ਜੀ ਸਾਡੇ ਇੱਕ ਨਾਰੀਅਲ ਦੇ ਵਿੱਚੋਂ ਇੰਨਾ ਪਾਣੀ ਨਿਕਲਿਆ ਜਿੱਦਾਂ ਤੁਸੀਂ ਦੇਖ ਸਕਦੇ ਹੋ, ਅੱਧਾ ਗਲਾਸ ਹੋ ਗਿਆ ਆ। ਅਤੇ ਹੁਣ ਆਪਾਂ ਕਰਾਂਗੇ ਦੂਜੇ ਨਾਰੀਅਲ ਨੂੰ ਵੀ ਉੱਦਾਂ ਹੀ ਟੋਟੇ ਟੋਟੇ, ਅਤੇ ਫਿਰ ਕਰਕੇ ਫਿਰ ਪਾਣੀ ਕੱਢਾਂਗੇ ਇਹਦਾ ਵੀ। ਚਲੋ ਜੀ ਹੁਣ ਇਹਦੀ ਵਾਰੀ ਆ ਗਈ, ਇਹਨੂੰ ਵੀ ਆਪਾਂ ਉੱਦਾਂ ਹੀ ਕਰ ਲੈਣਾ। ਪਹਿਲਾ ਨੰਬਰ ਤੁਸੀਂ ਆਹ ਜਿਹੜੇ ਡੇਲੇ ਆ ਨਾ ਨਾਰੀਅਲ ਦੇ, ਇਹ ਫਾੜਨੇ ਆ। ਆਹ ਦੇਖੋ ਨਾਰੀਅਲ। ਚਲੋ ਜੀ ਇਹਦਾ ਵੀ ਪਾਣੀ ਨਿਕਲਣ ਲੱਗ ਗਿਆ, ਤੇ ਗਲਾਸ ਤੁਸੀਂ ਦੇਖ ਸਕਦੇ ਹੋ ਮਿੱਤਰੋ ਪੂਰਾ ਭਰ ਚੱਲਾ ਸਾਡਾ ਗਲਾਸ। ਦਲਜੀਤ ਆ ਰਿਹਾ ਤੇਰੇ ਮੂੰਹ 'ਚ ਪਾਣੀ? ਉੱਦਾਂ ਇੰਡੀਆ ਜਿੱਦਾਂ ਫਰੈਸ਼ ਨਾਰੀਅਲ ਮਿਲਦੇ ਆ ਨਾ ਹਰੇ ਵਾਲੇ, ਉਸੇ ਜ਼ਿਆਦਾ ਪਾਣੀ ਹੁੰਦਾ ਹੈ ਨਾ। ਹਾਂਜੀ ਅਤੇ ਇਸੇ 'ਚ ਪਾਣੀ ਘੱਟ ਹੁੰਦਾ, ਇੱਥੇ ਨਹੀਂ ਮਿਲਦੇ ਨਾ ਫਰੈਸ਼ ਨਾਰੀਅਲ। ਇਹਦੇ 'ਤੇ ਬਸ ਇੰਨਾ ਕਿ ਪਾਣੀ ਨਿਕਲਿਆ ਦਲਜੀਤ, ਅੱਧੀ ਗਲਾਸ ਹੀ। ਇੱਕ ਗਲਾਸ ਭਰ ਗਿਆ, ਨਹੀਂ ਇੱਕ ਤਾਂ ਹੋ ਗਿਆ, ਦੇਖੋ ਇੱਕ ਗਲਾਸ ਭਰ ਗਿਆ, ਅੱਧਾ ਤੁਹਾਡਾ ਅੱਧਾ ਮੇਰਾ। ਹਾਂਜੀ ਅੱਧਾ ਅੱਧਾ ਕਰਾਂਗੇ, ਅਤੇ ਹੁਣ ਆਪਾਂ ਇਹਨੂੰ ਕਰ ਲਈਏ ਟੋਟੇ ਟੋਟੇ, ਨਾਰੀਅਲ ਦੇ ਟੋਟੇ ਟੋਟੇ। ਨਾਰੀਅਲ ਦੇ ਅਸੀਂ ਚਾਰੋਂ ਪਾਸੇ ਇੱਦਾਂ ਕਰਕੇ ਥੋੜ੍ਹੀ ਲੈ ਲੈਣੀ ਹੈ, ਘੁਮਾਉਣਾ ਹੈ ਇੱਦਾਂ ਦੇਖੋ। ਓਹੋ ਮਿੱਤਰੋ ਹੱਥ ਬਚਾ ਕੇ, ਕੀ ਗੱਲ ਹੈ ਦਲਜੀਤ ਟੁੱਟਣ ਨਹੀਂ ਦਿਆ, ਖੈਰ ਹੋਵੇ ਟੁੱਟ ਗਿਆ ਟੁੱਟ ਗਿਆ ਬਸ। ਅੱਛਾ ਜੀ ਪਾਣੀ 'ਚ ਪੈਣ ਦਾ ਫਾਇਦਾ ਹੋਇਆ ਹੋਊਗਾ ਦਲਜੀਤ ਜਨ? ਹਾਂਜੀ ਕਿੱਦਾਂ ਫਾਇਦਾ ਹੀ ਫਾਇਦਾ, ਉਹ ਦੇਖੋ ਪੂਰੀ ਗਰੀ ਨਿਕਲੀ ਆ ਵਿੱਚੋਂ ਨਾ। ਚਲੋ ਦੇਖਦੇ ਹਾਂ ਕੀ ਹੁੰਦਾ। ਤੁਸੀਂ ਦੇਖ ਸਕਦੇ ਹੋ ਗਰੀ ਸਾਡੀ ਆ ਗਈ ਆ ਮਿੱਤਰੋ ਬਾਹਰ, ਦੇਖ ਲਓ ਆਟੇ ਵਾਂਗੂ ਬਾਹਰ ਆਈ ਹੈ, ਪੂਰਾ ਗੋਲਾ ਹੀ ਨਿਕਲਿਆ। ਹਾਂਜੀ ਤਾਂ ਹਲਕਾ ਹਲਕਾ ਤੁਸੀਂ ਇੱਦਾਂ ਕਰਨਾ ਇੱਧਰਲੇ ਪਾਸਿਓ, ਅਤੇ ਤੁਸੀਂ ਪਰਫੈਕਟ ਹੈ ਨਾ, ਅਜੇ ਥੋੜ੍ਹਾ ਜਿਹਾ ਰਹਿੰਦਾ। ਅਤੇ ਆਹ ਦੇਖੋ ਜੀ ਵਾਓ ਇੱਕ ਮਿੰਟ ਰੁਕੋ ਨਾ, ਅਜੇ ਹੋਇਆ ਨਹੀਂ ਹੈ। ਮੇਰੀ ਫੇਵਰੇਟ ਹੈ ਨਾਰੀਅਲ ਨਾ, ਅੰਚਲ ਆ ਰਹੀ ਹੈ ਕਿਤੇ, ਅੰਚਲ ਅੰਚਲ ਆ ਰਿਹਾ, ਕਿਆ ਬਾਤ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਤਾਂ ਕਿ ਸਾਡੇ ਨਾਰੀਅਲ ਅਸੀਂ ਦੋਨਾਂ ਦੇ ਕਰਤੇ ਸੀ ਟੋਟੇ ਟੋਟੇ, ਤੇ ਆਹ ਨਿਕਲੇ ਆ ਮਿੱਤਰੋ ਆਹ ਦੋ। ਆਹ ਵੀ ਵਧੀਆ ਚੀਜ਼ ਹੈ ਜਿੱਦਾਂ ਕੋਈ ਡਿਸ਼ ਵਗੈਰਾ ਪਾਣੀ ਹੋਈ ਡੈਕੋਰੇਸ਼ਨ ਲਈ, ਡਿਸ਼ ਨਹੀਂ ਆਹ ਮਤਲਬ ਆਹ ਇਸ ਕਰਕੇ ਹੈ, ਇਹ ਤਾਂ ਬਸ ਥੱਲੇ ਮੋਰੀ ਹੋ ਗਈ ਹੈ ਮਿੱਤਰੋ। ਨਹੀਂ ਨਹੀਂ ਆਹ ਵਾਲਾ ਸਾਈਡ,
ਨਹੀਂ ਨਹੀਂ ਇਹ ਕਿਸੇ ਕੰਮ ਦੇ ਨਹੀਂ ਰਿਹਾ ਹੁਣ। ਇੰਡੀਆ ਨਹੀਂ ਪਾਉਂਦੇ ਸੀ ਅਸੀਂ, ਦਹੀਂ ਦੁਹੀਂ ਪਾਉਂਦੇ ਸੀ ਯਾਦ ਹੈ? ਉਹ ਤਾਂ ਕੋਈ ਹੋਰ ਚੀਜ਼ ਸੀ ਪਰ ਇਹ ਚੀਜ਼ ਕੁਛ ਹੋਰ ਹੁੰਦੀ। ਅੱਛਾ ਕੁਛ ਹੋਰ ਸੀ। ਤੇ ਹਾਂਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦੋਨੋਂ ਗੋਲਾ ਗੋਲ ਗਰੀ ਨਿਕਲੀ ਆ ਤੇ ਬਹੁਤ ਵਧੀਆ ਸਾਡਾ ਰਿਜ਼ਲਟ ਰਿਹਾ ਆ ਪਾਣੀ ਵਾਲਾ। ਤੇ ਤੁਸੀਂ ਵੀ ਟਰਾਈ ਕਰੋ ਤੇ ਬਣਾਓ, ਸੋਰੀ ਤੁਸੀਂ ਵੀ ਟਰਾਈ ਕਰੋ ਤੇ ਤੁਸੀਂ ਵੀ ਇੱਦਾਂ ਦੀਆਂ ਗਰੀਆਂ ਕੱਢੋ ਘਰ ਬੈਠੇ, ਤੇ ਤੁਸੀਂ ਵੀ ਇਹ ਛੋਟਾ ਜਿਹਾ ਬਿਜ਼ਨਸ ਘਰ ਬੈਠੇ ਹੀ ਕਰ ਸਕਦੇ ਹੋ ਗਰੀਆਂ ਵੇਚਣ ਵਾਲਾ। ਤੇ ਔਖਾ ਬਿਜ਼ਨਸ ਨਹੀਂ ਹੈਗਾ, ਇਹ ਛੋਟਾ ਜਿਹਾ ਬਿਜ਼ਨਸ ਆ। ਤੇ ਇਹ ਜਦੋਂ ਤੁਸੀਂ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਵੇਚਦੇ ਆ ਨਾ ਤਾਂ ਉਦੋਂ ਇੱਦਾਂ ਹੀ ਕੱਢ ਕੇ, ਬੜਾ ਬੰਦਾ ਸੋਚਦਾ ਨਾ ਜਦੋਂ ਕੱਢ ਕੇ ਵੇਚਦੇ ਆ ਕਿੱਦਾਂ ਕਟਿੰਗ ਕਰਦੇ ਕਿੰਨੀ ਸੋਹਣੀ ਕਟਿੰਗ ਆ, ਉਹ ਆਹੀ ਬਿਜ਼ਨਸ ਦਾ ਕਮਾਲ ਆ। ਤਾਂ ਤੁਸੀਂ ਵੀ ਆਹ ਵਾਲਾ ਟਰਾਈ ਕਰੋ, ਇੱਦਾਂ ਹੀ ਕੱਢੋ ਗੋਲ ਗੋਲ ਗਰੀਆਂ ਤੇ ਫਿਰ ਖਾਓ ਮਿੱਤਰੋ। ਹਾਂਜੀ ਤੇ ਚਲੋ ਜੀ ਆਪਾਂ ਵਲੋਗਿੰਗ ਦੀ ਐਂਡਿੰਗ ਇੱਥੇ ਹੀ ਕਰਦੇ ਹਾਂ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਜਿੱਦਾਂ ਕਿ ਕੱਲ੍ਹ। ਤੇ ਫਿਰ ਦੁਬਾਰਾ ਸਾਰਿਆਂ ਨੂੰ ਸਾਡੇ ਦੋਨਾਂ ਦੀ ਤਰਫੋਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ, ਹੈਪੀ ਨਿਊ ਈਅਰ, ਰੱਬ ਸਾਰਿਆਂ ਨੂੰ ਖੁਸ਼ੀਆਂ ਦਵੇ ਤੇ ਨਵਾਂ ਸਾਲ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ। ਤੁਸੀਂ ਬੋਲਦੇ ਚੱਲੋ ਤਾਂ ਅਸੀਂ ਕੰਮ ਤੇ ਸਾਰੇ ਖੁਸ਼ ਰਹਿਣ ਆਪਣੀ ਫੈਮਿਲੀ ਦੇ ਨਾਲ ਤੇ ਮੇਰਾ ਧਿਆਨ ਇੱਧਰ ਜਾ। ਤੇ ਚਲੋ ਜੀ ਹੁਣ ਤੁਹਾਨੂੰ ਮਿਲਦੇ ਹਾਂ ਆਪਾਂ ਨੈਕਸਟ ਵਲੋਗ ਦੇ ਵਿੱਚ ਕੱਲ੍ਹ। ਤੇ ਸਾਰੇ ਜਣੇ ਰੱਖਿਓ ਆਪਣਾ ਖਿਆਲ ਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਮਿਲਾਂਗੇ ਹੁਣ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ। ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਪਲੀਜ਼ ਸਾਡੇ ਸਬਸਕ੍ਰਾਈਬ ਵਧਾ ਦਿਓ। ਤੇ ਚਲੋ ਜੀ ਬਾਏ 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 ਬਾਏ।